ਜੀ ਦੋਸਤੋ, ਹੁਣ ਅਸੀਂ ਪਹੁੰਚ ਚੁੱਕੇ ਹਾਂ ਬਾਠ ਸਾਹਿਬ ਦੇ ਇੱਕ ਇਹੋ ਜਿਹੇ ਥਾਂ ਦੇ ਜਿਹਨੂੰ ਅੱਡੋ ਅੱਡ ਮੁਲਕਾਂ 'ਚ ਅੱਡੋ ਅੱਡ ਨਾਂ ਲਿਆ ਜਾਂਦਾ। ਪੰਜਾਬ 'ਚ ਅਸੀਂ ਕਹਿੰਦੇ ਹੁੰਦੇ ਸੀ ਸਾਡੀ ਨਿਆਈ ਜਾਂ ਸਾਡੇ ਵਿਹੜਾ, ਜਿੱਥੇ ਅਸੀਂ ਆਪਦਾ ਸੰਦ ਸੰਦੇੜਾ ਖੜਾ ਲੈਂਦੇ ਸੀਗੇ, ਨਹੁਰਾ ਜਾਂ ਕਹਿੰਦੇ। ਜੇ ਆਸਟ੍ਰੇਲੀਆ 'ਚ ਕਹਿੰਦੇ ਤਾਂ ਆਸਟ੍ਰੇਲੀਆ ਕਹਿੰਦੇ ਸਾਡੇ ਯਾਰਡ 'ਚ ਉੱਥੇ ਇਹ ਆ। ਅਮੈਰੀਕਾ ਆਏ ਹਾਂ ਤਾਂ ਅਮੈਰੀਕਾ 'ਚ ਭਾਸ਼ਾ ਬਦਲ ਕੇ ਇਹਨੂੰ ਸ਼ੌਪ ਕਹਿੰਦੇ ਆ, ਵੀ ਸਾਡੀ ਸ਼ੌਪ 'ਤੇ ਆ ਇਹ। ਪਰ ਮੈਂ ਇੱਥੇ ਨਾ ਹੁਣ ਤੋਂ ਕੱਲ੍ਹ ਪਰਸੋਂ ਤੱਕ ਥੋੜ੍ਹਾ ਜਿਹਾ ਫੁੰਡਿਆ ਫਿਰਦਾ ਸੀਗਾ। ਅਕਸਰ ਹੀ ਪੰਜਾਬ ਤੋਂ ਸੱਜਣਾ ਮਿੱਤਰਾਂ ਦੇ ਫੋਨ ਆਉਂਦੇ, ਹੋਰ ਆਉਂਦੇ, ਅਤੇ ਮੈਂ ਬੜੀ ਵਡਿਆਈ ਨਾਲ ਕਰਦਾ ਯਾਰ, 100 ਕਿੱਲੇ ਦਾ ਮਾਲਕ ਹਾਂ ਮੈਂ, ਅਤੇ ਖਾਸਾ ਵੱਡਾ ਹੋ ਕੇ ਮੈਂ ਅੱਡੀਆਂ ਚੱਕ ਕੇ ਦੱਸਦਾ ਰਿਹਾ। ਪਰ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਇੱਥੇ ਪਤਾ ਲੱਗਿਆ ਵਾਟਸਐਪ ਦੇ ਜਿਹੜੇ ਫਾਰਮ ਦੇ ਉੱਤੇ 100-100 ਕਿੱਲੇ ਤਾਂ ਥਾਂ ਇਕੱਲੇ ਟਰੈਕਟਰ ਖੜਾਉਣ ਨੂੰ ਰੱਖ ਰੱਖੇ ਆ। ਸੋ ਸ਼ੋਪਾਂ 'ਚ ਹੀ ਕੱਢੇ ਪਏ ਆ ਇੰਨੇ ਕੁ ਤਾਂ। ਸੋ ਮੈਂ ਤਾਂ ਹੁਣ ਖੇਤੀ 'ਚੋਂ ਬਾਹਰ ਹੀ ਹੋ ਗਿਆ, ਮੈਂ ਤਾਂ ਸਮਝਦਾ ਨਹੀਂ ਵੀ ਮੈਂ ਕਿਸਾਨ ਹਾਂ, ਕਿਉਂਕਿ ਜਦੋਂ ਅੱਗੇ ਵੱਧਦੇ ਹਾਂ ਜਾਂ ਤੁਹਾਨੂੰ ਜਿਵੇਂ ਦੱਸਿਆ ਦੁਨੀਆ ਪਰੇ ਤੋਂ ਪਰੇ ਪਈ ਆ। ਸੋ ਇਸ ਟਾਈਮ ਸਾਡੇ ਨਾਲ ਸਰਦਾਰ ਜੋਗਿੰਦਰ ਸਿੰਘ ਧਾਲੀਵਾਲ, ਬਾਈ ਜਸਵੰਤ ਸਿੰਘ ਸਿੱਧੂ ਅਤੇ ਸਰਦਾਰ ਗੁਰਵਚਨ ਸਿੰਘ ਤਾਂ ਇੱਥੇ ਜੁੜ ਗਏ, ਬਰਾੜ ਸਾਹਿਬ ਸਾਡੇ ਨਾਲ ਪਿੱਛੋਂ ਆ ਰਹੇ ਆ। ਅਤੇ ਇਹਨਾਂ ਇਹ ਸਾਰਾ ਪ੍ਰੋਸੈਸ ਇੱਥੇ ਇੱਕ ਮੈਂ ਵਧੀਆ ਗੱਲ ਦੱਸਦਾ ਵੀ ਵਾਟਸਐਪ ਚਾਹੇ ਕਿਸੇ ਚੋਟੀ 'ਤੇ ਪਹੁੰਚ ਗਏ, ਪਰ ਉਹਨਾਂ ਨੇ ਆਪਦਾ ਕੁੜਮ ਕਬੀਲਾ ਨਾਲ ਲੈ ਕੇ ਤੁਰੇ ਹੋਏ ਆ। ਉਹਨਾਂ ਦੇ ਜਿੰਨੇ ਵੀ ਮੈਨੂੰ ਕੋਈ ਵੀ ਬੰਦੇ ਇੱਥੇ ਮਿਲਦੇ ਆ, ਉਹ ਦੂਰੋਂ ਨੇੜੋਂ ਰਿਸ਼ਤੇਦਾਰੀ 'ਚ ਹੁੰਦੇ ਆ। ਅਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਆ, ਅੱਜ ਦੇ ਯੁੱਗ 'ਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਬੰਦਾ ਛੇਤੀ ਭੁੱਲ ਜਾਂਦਾ ਜਦੋਂ 4 ਪੈਸੇ ਆ ਜਾਂਦੇ ਆ। ਪਰ ਨਹੀਂ, ਇੱਥੇ ਸਾਰਾ ਕੁੜਮ ਕਬੀਲਾ ਨਾਲ ਹੋ ਕੇ ਬਰਾੜ ਸਾਹਿਬ ਦੀ ਸਪੋਰਟ ਕਰ ਰਿਹਾ ਅਤੇ ਨਾਲ ਚੱਲ ਰਹੇ ਆ, ਅਤੇ ਸਾਰੇ ਕਿਵੇਂ ਨਾ ਕਿਵੇਂ ਬਰਾੜ ਸਾਹਿਬ ਦੇ ਰਿਸ਼ਤੇਦਾਰ ਆ। ਸੋ ਬਾਠ ਸਾਹਿਬ ਦੇ ਰਿਸ਼ਤੇਦਾਰ ਆ, ਮੈਂ ਮਾਫੀ ਚਾਹੁੰਦਾ ਇੱਥੇ। ਅਤੇ ਆਪਾਂ ਹੁਣ ਜੇ ਧਾਲੀਵਾਲ ਸਾਹਿਬ ਤੋਂ ਗੱਲ ਸ਼ੁਰੂ ਕਰੀਏ, ਤੁਹਾਨੂੰ ਕਿੰਨੇ ਕੁ ਚਿਰ ਤੋਂ ਇੱਥੇ ਅਮੈਰੀਕਾ 'ਚੋਂ ਅਤੇ ਕੀ ਤੁਸੀਂ ਦੇਖ ਰਹੇ ਹੋ ਬਾਠ ਸਾਹਿਬ? ਮੈਂ ਜਦੋਂ ਇੱਥੇ ਆਇਆ 77 'ਚ ਆਇਆ ਸੀ ਜੀ, 28 ਅਗਸਤ ਨੂੰ ਜੀ ਜੀ, ਜਦਾਂ ਮੈਂ ਇੱਥੇ ਹੀ ਆ ਕੰਮ ਕਰਦਾ। ਅੱਛਾ, ਬਾਠ ਸਾਹਿਬ ਹੋਲੇ ਕੰਮ ਕਰਦਾ ਨਹੀਂ, ਹੁਣ ਤਾਂ ਮੈਂ ਗੇੜੇ ਗੂੜੇ ਕੱਢਦਾ ਵਿਹਲਾ ਹੀ ਆ, ਸੁਪਰਵਾਈਜ਼ਰ ਹਾਂ। ਹਾਂ, ਕੰਮ ਤਾਂ ਹੁਣ ਇਹਨਾਂ ਨੂੰ ਸੰਭਾਲਦਾ ਮੁੰਡਿਆਂ ਨੂੰ, ਇਹ ਕਰਦਾ ਜ਼ਿਆਦਾ ਕੰਮ ਜਸਵੰਤ। ਚਲੋ, ਬਹੁਤ ਵਧੀਆ ਗੱਲ ਆ। ਮੈਂ ਤਾਂ ਹੁਣ ਵਿਹਲਾ, ਰਿਟਾਇਰਮੈਂਟ ਹੀ ਆ। ਰਿਟਾਇਰਮੈਂਟ ਨਹੀਂ, ਚਲੋ ਇਹ ਵੀ ਟਾਈਮ ਹੁੰਦਾ। ਗੇੜਾ ਦੇਣ ਨੂੰ ਬਸ ਮੈਨੂੰ ਪਿੱਕਾ ਦੇ ਦਿੰਦੇ, ਸਾਲ ਬਾਅਦ ਨਵਾਂ। ਅੱਛਾ, ਬਈ ਤੂੰ ਘੁੰਮੀ ਚੱਲ, ਬਸ ਪੈਸੇ ਦੇਈ ਜਾਂਦੇ ਆ। ਹਾਂ, ਵਾਹ ਜੀ ਵਾਹ, ਕਿਆ ਬਾਤ ਆ ਜੀ। 77 ਜਦੋਂ ਮੈਂ ਆਇਆ ਉਦੋਂ 600 ਏਕੜ ਸੀ ਬਾਠ ਸਾਹਿਬ ਕੋਲੇ। ਅੱਛਾ ਜੀ, ਹੁਣ ਮੇਰਾ ਖਿਆਲ ਆ ਗਿਣਤੀ ਤੋਂ ਬਾਹਰ ਹੀ ਆ, 26,000 ਦਾ ਪਤਾ ਮੈਨੂੰ। ਅੱਛਾ ਜੀ, 26,000 ਏਕੜ ਦਾ ਜੀ, ਸ਼ਾਇਦ ਇਦੋਂ ਵੀ ਵੱਧ ਹੋਵੇ, ਪਤਾ ਨਹੀਂ। 26,000 ਏਕੜ ਏਕੜ ਮੈਨੂੰ ਲੱਗਦਾ ਮੇਰੇ ਪਿੰਡ ਦੀ ਸਾਰੀ ਜਾਇਦਾਦ ਆ ਜਿਹੜੀ ਉਹ 5,000 ਏਕੜ ਕਈ ਪਿੰਡਾਂ ਦੀ ਹੋ ਜਾਂਦੀ ਹੈ। ਹਾਂ, 10 ਕੁ ਪਿੰਡਾਂ ਜਿਹੜਾ ਦਾਇਰਾ ਬਣਿਆ ਛੋਟੇ ਵੱਡੇ ਪਿੰਡਾਂ ਦੀ ਜੇ ਗੱਲ ਕਰੀਏ, ਇਹ ਹੈ ਸਾਰੀ ਸਾਡੀ ਇੱਥੇ ਜ਼ਮੀਨ ਜ਼ਿਆਦੇ ਆ ਆਪ ਏਰੀਏ 'ਚ, 4-5 ਮੀਲ 'ਚ, 5-7-10 ਮੀਲ 'ਚ, ਜਿਹੜਾ ਚੰਗਾ ਉਪਜਾਊ ਏਰੀਆ। ਹਾਂ, ਬਾਕੀ ਹੋਰ ਬਾਹਰ ਵੀ ਹੈਗੇ ਫਾਰਮ, ਉਹ ਕੋਈ 50 ਮੀਲ 'ਤੇ ਆ, ਕੋਈ 40 ਮੀਲ 'ਤੇ ਆ। ਅਤੇ ਆ ਜਿਵੇਂ ਹੁਣ ਤੁਸੀਂ ਸ਼ੋਪ ਏਰੀਆ ਕਹਿੰਦੇ, ਇਹੋ ਜਿਹੇ ਹੋਰ ਕਿੰਨੇ ਕੁ ਬਣਾਏ ਹੋਏ ਆ ਸੈਂਟਰਲ ਪੁਆਇੰਟ ਜਿੱਥੇ ਮਸ਼ੀਨਰੀ ਖੜਦੀ ਆ ਜਾਂ ਹੋਰ? ਇਹੋ ਜਿਹੇ ਮੇਰੇ ਖਿਆਲ ਹੈਗੇ 8 ਕੁ 8 ਕੁ ਥਾਂ 'ਤੇ ਬਣਾਏ ਹੋਏ ਆ ਜਿੱਥੇ ਟਰੈਕਟਰ ਟਰੂਕਟਰ ਖੜਦਾ। ਸੋ ਮੇਨ ਤਾਂ ਜਿਹੜੇ ਜਿਹੜਾ ਏਰੀਆ ਸਾਡਾ ਜਿੱਥੇ ਅਸੀਂ ਲੋਕ ਮੈਂ ਦੇਖਦਾ, ਉਹ ਤਾਂ ਜ਼ਿਆਦਾ 4 ਕਸਾਪਾਂ ਹੈਗੀਆਂ। ਇਹਨੂੰ ਏਅਰਪੋਰਟ ਵਾਲਾ ਕਿਉਂ ਕਹਿੰਦੇ ਆ? ਇਹ ਨਾ ਜਦੋਂ ਖੇਤ ਲਿਆ ਸੀ ਅਸੀਂ, ਇਹ ਗੋਰਿਆਂ ਨੇ ਲਾਇਆ ਸੀ ਖੇਤ, ਬਹੁਤ ਵੱਡਾ, 2200 ਏਕੜ ਲਾਇਆ ਸੀ ਗੋਰੇ ਨੇ ਕਿਸੇ ਨੇ ਜੀ ਜੀ। ਉਹਨੇ ਫਿਰ ਆਉਂਦਾ ਹੁੰਦਾ ਸੀ ਬਾਹਰੋਂ ਖੇਤੀ ਕਰਾਉਣ, ਅਰਜੋਨੇ ਤੋਂ ਠੀਕ ਹੈ ਜੀ। ਉਹ ਜਹਾਜ਼ ਧਾਰ ਦਾ ਸ਼ਬਦ ਏਅਰਪੋਰਟ ਹੀ ਬਣਿਆ ਹੋਇਆ, ਉਹਦਾ ਆਪਦਾ ਏਅਰਪੋਰਟ ਬਣਾਇਆ ਸੀ। ਅੱਛਾ, ਫਿਰ ਉਹ ਜਿਹੜੀ ਸਪਰੇਅ ਕਰਦੇ ਹੁੰਦਾ ਸੀ ਟਰੈਕਟਰ ਵਾਲੀਆਂ ਮਸ਼ੀਨਾਂ ਨਾਲ ਕਰਦੇ ਆ, ਫਿਰ ਉਹ ਜਹਾਜ਼ ਨਾਲ ਹੀ ਕਰਦੇ ਸੀਗੇ। ਅੱਛਾ, ਕਿਆ ਬਾਤ ਹੈ, ਬਹੁਤ ਵੱਡਾ। ਜਹਾਜ਼ ਵੀ ਤੁਸੀਂ ਉਹ ਟਰੈਕ ਯੂਜ ਕਰਦੇ ਹੋ ਜਾਂ ਨਹੀਂ ਕਰਦੇ? ਹੁਣ ਨਹੀਂ ਕਰਦੇ, ਏਅਰਪੋਰਟ ਯੂਜ ਕਰਦੇ ਆ, ਕਰਦੇ ਹੋ ਹਾਲੇ ਵੀ ਤੁਸੀਂ? ਕਰਦੇ ਅਸੀਂ ਬਾਠ ਸਾਹਿਬ ਕਿਤੇ ਰੈਂਟ ਤੇ ਲੈ ਕੇ ਇੱਥੇ ਚੜ੍ਹ ਜਾਈ ਦਾ, ਕਿਤੇ ਨਾ ਕਿਤੇ ਗੇੜਾ ਗੂੜਾ ਦੇਣ ਸ਼ੌਂਕ ਨਾਲ ਵੀ, ਮਸੀਕੋ ਚਲੇ ਗਏ ਕਿਤੇ ਰੀਨੋ ਚਲੇ ਗਏ। ਅੱਛਾ ਅੱਛਾ, ਦੇਖੋ ਆਪਾਂ ਆਹ ਚੀਜ਼ਾਂ ਤਾਂ ਦਿਖਾਉਣੀਆਂ ਹੀ ਆ, ਗੱਲਾਂ ਕਰਨੀਆਂ ਅੱਜ ਕੱਲ੍ਹ ਦੇ ਪ੍ਰੋਸੈਸ ਦੀਆਂ ਵੀ ਬਾਈ ਜਾਸੋਰ ਨਾਲ ਗੱਲਾਂ ਕਰਾਂਗੇ, ਪਰ ਆਪਾਂ ਨੂੰ ਇੱਕ ਚੀਜ਼ ਮਾੜੀ ਜਿਹੀ ਦੱਸਿਓ, ਤੁਸੀਂ ਰਿਸ਼ਤੇਦਾਰ ਵੀ ਹੋ, ਤੁਸੀਂ ਕੱਲ੍ਹ ਲੰਮੇ ਚਿਰ ਤੋਂ ਜੁੜੇ ਵੀ ਹੋਏ ਹੋ। ਬਿਲਕੁਲ, ਦੇਖੋ ਸਾਰੇ ਪਾਸਿਓਂ ਵਾਟਸਐਪ ਔਰ ਆਉਂਦੇ, ਸਾਰੀ ਫੈਮਿਲੀ ਦੀ ਇਹ ਗੱਲ ਆਉਂਦੀ ਹੈ ਵੀ ਬੜੇ ਡਾਊਨ ਟੂ ਅਰਥ ਆ, ਬੜਾ ਉਹ, ਕਿਤੇ ਕਿਤੇ ਤਾਂ ਹਵਾਓਬਾਜੀ ਕਰ ਜਾਂਦੇ ਹੋਣਗੇ ਕਿ ਨਹੀਂ ਕਰਦੇ? ਨਾ ਨਾ, ਮਾਤਲ ਵੀ ਨਹੀਂ, ਇੰਨੇ ਸਾਲਾਂ 'ਚ ਮਾਤਲ ਭੋਰਾ ਵੀ ਨਹੀਂ। ਇਹ ਇਸ ਗੱਲੋਂ ਤਾਂ ਸਿਫਤ ਇਹੀ ਆ ਉਹਨਾਂ ਦੀ, ਇਹੀ ਅੱਗੇ ਵਧਣ ਦਾ। ਹਾਂ, ਇਹੀ ਸਿਫਤ ਆ, ਜਿਹੜਾ ਵੀ ਕੋਈ ਕੋਈ ਕਹੇ ਜਿਹਾ ਬੰਦਾ ਵੀ ਆ, ਉਹਨੂੰ ਕੋਲੇ ਬਰਾਬਰ ਬਹਾਉਣਾ ਚਾਹ ਪਿਓ। ਨਹੀਂ, ਮੈਂ ਤਾਂ 2-3 ਵਾਰੀ ਫੋਨ ਤੇ ਗੱਲ ਹੋਈ ਹੈ ਤੇ ਮੈਨੂੰ ਯਕੀਨ ਨਹੀਂ ਕਦੇ ਵੀ ਨਹੀਂ ਹੈਗਾ, ਕਦੇ ਵੀ ਨਹੀਂ। ਮੈਨੂੰ ਖੁਦ ਉਹਨਾਂ ਨੇ 2-3 ਵਾਰੀ ਫੋਨ ਕੀਤਾ, ਮੈਂ ਹੈਰਾਨ ਹੀ ਰਹਿ ਗਿਆ ਵੀ ਇਹ ਕੀ ਗੱਲ ਆ। ਮੈਂ ਤਾਂ 1 ਵਾਰੀ ਪੁੱਛਿਆ ਤੇ ਉਹਨਾਂ ਨੇ 3 ਵਾਰੀ ਮੈਨੂੰ ਕਿਹਾ ਯਾਰ ਮੈਂ ਇੰਡੀਆ ਜਾਣਾ, ਤੂੰ ਪਹਿਲਾਂ ਆ ਜਾ, ਤੇ ਕਮਾਲ ਦੀ ਗੱਲ ਲੱਗੀ। ਉਹ ਤਾਂ ਬੜਾ ਕੋਈ ਕੋਈ ਬੰਦਾ ਹੁੰਦਾ ਹੈ ਦੁਨੀਆ 'ਚ, ਕਿਤੇ ਕਿਤੇ ਸੰਤ ਮਹਾਂਪੁਰਸ਼ ਵਾਂਗੂ ਹੀ ਕਹਿ ਲਓ ਉਹਨਾਂ ਨੂੰ, ਫਿਰ ਉਹੀ ਉਹਨਾਂ ਦੇ ਜਿਹੜਾ ਤੁਸੀਂ ਉਹਨੂੰ ਭਾਗ ਵੀ ਲੱਗੇ ਹੋਏ ਆ, ਸਾਰਾ ਕੁਛ ਹੀ ਰਹਾ ਜੀ ਜੀ ਜੀ, ਸਾਰਾ ਕੁਛ ਆਏ ਗਏ ਦੀ ਸੇਵਾ
ਪੂਰੀ ਇੰਡੀਆ ਤੋਂ ਬਥੇਰੇ ਮਿਨਿਸਟਰ ਆਉਂਦੇ ਰਹਿੰਦੇ ਆ ਜੀ, ਸਾਰਾ ਦਿਨ ਹੀ ਆਉਂਦੇ ਰਹਿੰਦੇ, ਸੈਂਟਰਲ ਪੁਆਇੰਟ ਬਣਿਆ ਹੋਇਆ ਹੈ, ਕੈਨੇਡਾ ਤੋਂ ਆਉਂਦੇ ਰਹਿੰਦੇ ਆ ਜੀ ਜੀ ਜੀ। ਸੋ ਆਪਾਂ ਹੁਣ ਜੇ ਗੱਲ ਕਰੀਏ ਮੌਜੂਦਾ ਪ੍ਰੋਸੈਸ ਦੀ, ਅਸੀਂ ਤਾਂ ਇੱਥੇ ਹੁਣ ਖੜੇ ਦੇਖ ਰਹੇ ਹਾਂ ਚਾਰ ਸਪੇਰੇ, ਤੁਹਾਨੂੰ ਪਿੱਛੇ ਵੀ ਦੇਖ ਰਿਹਾ ਉਹ ਟਰੈਕਟਰ ਡੀਜ਼ਲ ਲਿਖਿਆ ਹੋਇਆ, ਆਹ ਮੈਨੂੰ ਟੈਂਕ ਦਿਖ ਰਿਹਾ ਇੱਕ ਦੋ ਤਿੰਨ ਚਾਰ ਪੰਜ ਛੇ ਟੈਂਕ ਵੱਡੇ ਲੱਗੇ ਹੋਏ, ਇੰਨੇ ਤਾਂ ਪੈਟਰੋਲ ਪੰਪ 'ਤੇ ਨਹੀਂ ਹੁੰਦੇ ਕਿ ਮੈਂ ਖੁਦ ਇਸ ਬਿਜ਼ਨਸ 'ਚ ਦੇਖਿਆ ਨੇੜੇ ਤੋਂ, ਤਾਂ ਇੰਨੇ ਕੁ ਜਿਹੜੇ ਇੱਥੋਂ ਹੀ ਡੀਜ਼ਲ ਭਰਨ ਵਾਸਤੇ ਅਤੇ ਉੱਤੇ ਪੰਜਾਬੀ 'ਚ ਵੀ ਲਿਖਿਆ ਹੋਇਆ, ਅਤੇ ਪੰਜਾਬੀ 'ਚ ਲਿਖੇ ਦਾ ਮਤਲਬ ਇਹ ਆ ਵੀ ਇੱਥੇ ਜ਼ਿਆਦਾਤਰ ਪੰਜਾਬੀ ਬੰਦੇ ਕੰਮ ਕਰਦੇ ਪੰਜਾਬੀ, ਹਾਂ ਕਿਉਂਕਿ ਜੇ ਕੋਈ ਗੋਰਿਆਂ ਦੇ ਹੁੰਦਾ ਤਾਂ ਫਿਰ ਬੰਦਾ ਇੱਥੇ ਟਰੈਕਟਰ 'ਚ ਡੀਜ਼ਲ ਲਿਖਣ ਦੀ ਨਹੀਂ ਲੋੜ ਸੀ, ਨਹੀਂ ਜ਼ਿਆਦਾ ਪੰਜਾਬੀ ਹੋਈ ਆ, ਮੈਕਸੀਕੇ ਵੀ ਹੈਗੇ ਸਾਡੇ ਕੋਲ ਵੀ 25, ਉਹ ਵੀ ਬੋਲਣ ਲੱਗ ਗਏ ਉਹਨੇ ਪੰਜਾਬੀ, ਹਾਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਰੋਟੀ ਖਾ ਲਈਏ, ਆ ਜਾਓ ਚਾਹ ਪੀ ਲਈਏ, ਪਾਣੀ ਪੀ ਲਈਏ, ਹਾਂ ਉਹ ਤਾਂ ਆਪਣਾ ਪਹਿਲਾ ਕੰਮ ਆਪਾਂ ਪੰਜਾਬੀ ਬੋਲਣ ਦਾ ਸਿਖਾਈ ਲੈਣਾ, ਸਤਿ ਸ਼੍ਰੀ ਅਕਾਲ ਜੀ ਤਾਂ ਆਉਂਦਿਆਂ ਨੂੰ ਸਾਰਿਆਂ ਨੂੰ ਕਹਿੰਦੇ ਹਰੇਕ ਨੂੰ। ਸੋ ਇਹ ਪਸਾਰਾ ਹੀ ਹੈ ਜੀ, ਮਾਂ ਬੋਲੀ ਦਾ ਪਸਾਰਾ ਵੀ ਹੋ ਰਿਹਾ ਨਾਲ ਨਾਲ। ਸੋ ਆਪਾਂ ਬਾਈ ਜਾਸੋ ਰਾਣਾ ਗੱਲ ਕਰਦੇ ਹਾਂ ਹੁਣ ਜਿਹੜੇ ਅੱਜ ਕੱਲ੍ਹ ਦੇ ਪ੍ਰੋਸੈਸ ਦੇ ਉੱਤੇ। ਸੋ ਜਸ ਸਿੱਧੂ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਵੀ ਅੱਜ ਕੱਲ੍ਹ ਆਪਰੇਸ਼ਨਲ ਜਿਹੜਾ ਇੱਥੇ ਦੇਖ ਰਹੇ ਹਾਂ ਆਪਾਂ, ਇਹਨਾਂ ਤੋਂ ਵੀ ਜਾਣਦੇ ਹਾਂ ਵੀ ਕਿੰਨੇ ਕੁ ਚਿਰ ਤੋਂ ਇਹ ਜੁੜੇ ਹੋਏ ਆ ਅਤੇ ਕੀ ਕੰਮ ਜਿਹੜਾ ਕਿਵੇਂ ਕਿਵੇਂ ਪ੍ਰੋਸੈਸ ਚੱਲ ਰਿਹਾ। ਸੋ ਜਸ ਬਾਈ ਪਹਿਲਾਂ ਤਾਂ ਸੋ ਦੱਸ ਵੀ ਸਵਾਗਤ ਆ। ਥੈਂਕ ਯੂ ਤੁਹਾਡਾ ਵੀ। ਅਤੇ ਤੁਸੀਂ ਬਾਈ ਕਿੰਨੇ ਕੁ ਚਿਰ ਤੋਂ ਜੁੜੇ ਹੋਏ ਵਟਸਐਪ ਨਾਲ? ਮੈਂ ਬਾਈ ਜੀ 2010 14 ਦਸੰਬਰ 2010 'ਚ ਮੈਂ ਇੱਥੇ ਆਇਆ ਹੋਇਆ। 12 ਸਾਲ ਹੋ ਗਏ। ਹਾਂਜੀ 12 ਸਾਲ। ਉਦੋਂ ਤੋਂ ਇੱਥੇ ਹੋ? ਉਦੋਂ ਤੋਂ ਇੱਥੇ ਹਾਂ। ਅੱਛਾ। ਮੈਂ ਇੱਥੇ ਏਅਰਪੋਰਟ ਸ਼ਾਹਬ 'ਤੇ ਰਹਿੰਦਾ ਸੀ, ਪਿੱਛੇ ਮੇਰਾ ਘਰ ਸੀਗਾ। ਅੱਛਾ ਜੀ। ਪਹਿਲਾਂ ਇੱਥੇ ਰਹਿੰਦੇ ਸੀਗੇ, ਫਿਰ ਹੁਣ ਚਲੋ ਉੱਥੇ ਨਾਨਾ ਜੀ ਦੇ ਘਰ ਦੇ ਕੋਲੇ ਚੱਲ ਗਏ ਸੀ। ਅੱਛਾ ਜੀ। ਹੁਣ ਉੱਥੇ ਰਹਿੰਦੇ ਹਾਂ ਅਤੇ ਉਦੋਂ ਦਾ ਬਸ ਇੱਥੇ ਹੌਲੀ ਸਟੈਪ ਬਾਈ ਸਟੈਪ ਅੱਗੇ ਚੱਲਦੇ ਰਹਿੰਦੇ ਹਾਂ ਅਤੇ ਹੁਣ ਆਲਮੋਸਟ ਲਾਈਕ ਸਾਰਾ ਕੰਟਰੋਲ ਅਸੀਂ ਰਲ ਮਿਲ ਕੇ ਸਾਰੇ ਕਰਦੇ ਹਾਂ, ਕਰ ਲੈਂਦੇ। ਅਤੇ ਜਿਹੜਾ ਹੁਣ ਜੇ ਕੰਟਰੋਲ ਦੀ ਗੱਲ ਕਰਦੇ ਹਾਂ ਇੱਥੇ, ਜਿਹੜੇ ਇਸ ਦੇ ਕੀ ਤੁਹਾਡੇ ਕੋਲ ਕਿਹੜੀ ਫਸਲ ਜ਼ਿਆਦਾ ਆ? ਉਹ ਜੀ ਸਾਡੇ ਹੁਣ ਥੋੜ੍ਹਾ ਬਦਾਮਾਂ ਵਾਲਾ ਪਾਸਾ ਜ਼ਿਆਦਾ ਆ। ਬਦਾਮਾਂ ਵਾਲਾ, ਹਾਂ। ਪਹਿਲਾਂ ਸੌਗੀ ਜ਼ਿਆਦਾ ਸੀਗੀ ਅਤੇ ਹੁਣ ਅਸੀਂ ਜ਼ਿਆਦਾ ਪ੍ਰੋਸੈਸ ਇੱਧਰ ਬਦਾਮਾਂ ਵਾਲੇ ਪਾਸੇ ਕੀਤਾ ਹੋਇਆ। ਸੌਗੀ ਕਿੰਗ ਦਾ ਰੁਤਬਾ ਹਜੇ ਵੀ ਕਾਇਮ ਆ? ਹਾਂਜੀ ਹੈਗਾ, ਔਰ ਰੁਤਬਾ ਕਾਇਮ ਆ, ਪਰ ਹੋਰ ਜ਼ਮੀਨ ਲੈ ਲੈਣ ਨਾਲ ਬਦਾਮ ਨਾਲ ਐਕਸਟੈਂਡ ਕਰੀ ਜਾਂਦੇ ਆ, ਹੋਰ ਇੱਥੇ ਪ੍ਰੋਪਰਟੀ ਲੈ ਲਈ ਨਾਲ, ਜਿਵੇਂ ਹੁਣ ਨੰਨਾ ਧਾਲੀਵਾਲ ਸਾਹਿਬ ਨੇ ਦੱਸਿਆ ਗਾ ਹਿਊਰਨ ਹੈਗਾ ਗਾ ਸਾਡੇ ਉੱਥੇ ਆ ਮਡੋਟੇ ਵਾਲੇ ਪਾਸੇ ਆ ਗਿਆ, ਉੱਥੇ ਅਸੀਂ ਪਿਸਤਾ ਸ਼ੁਰੂ ਕੀਤਾ ਹੋਇਆ ਹੁਣ, ਤੇ ਐਂ ਰਲ ਮਿਲ ਕੇ ਜਿਉਂ ਜਿਉਂ ਵਧੀ ਜਾਂਦਾ ਫਾਰਮ, ਹੌਲੀ ਹੌਲੀ ਬਦਾਮ ਲਾਈ ਜਾਂਦੇ ਆ, ਪਿਸਤਾ ਵੀ ਲੱਗੀ ਜਾਂਦਾ, ਖੋਡ ਵੀ ਲਾਏ ਆ ਹੁਣ ਐਤਕੀ। ਜੇ ਟੋਟਲ ਕਹੀਏ ਤਾਂ ਕਿੰਨੇ ਕੁ ਬੰਦੇ ਕੰਮ ਕਰਦੇ ਆ ਟੋਟਲ? ਬਾਈ ਜੀ ਜਿਵੇਂ ਹੁਣ ਅੱਜ ਦੀ ਘੜੀ ਤਾਂ ਲਾਈਕ ਸਾਡੇ ਕੋਲ 140 ਕੁ ਬੰਦਿਆਂ ਦਾ ਕੰਮ ਕਰਦੇ ਆ ਹੁਣ, ਜਿਹੜੇ ਪੱਕੇ ਹੀ ਆ। ਹਾਂ ਪੱਕੇ ਹੀ ਆ, ਤੇ ਕੁਛ ਇਹ ਹੈਗਾ ਵੀ ਹੁਣ ਥੋੜਾ ਜਿਹਾ ਸਾਡਾ ਸਲੋ ਆ ਕੰਮ, ਹੁਣ ਆਹ ਚੱਲ ਪੈਣਾ, ਹੁਣ ਸਲਫਰ ਸਪਰੇਅ ਵਗੈਰਾ ਚੱਲ ਪੈਣੇ ਆ। ਆਲਮੋਸਟ ਜੇ ਹੁਣ ਤੁਸੀਂ ਦੇਖੀਏ ਅੱਗੇ ਜਾ ਕੇ ਸਾਡੇ ਕੋਲ 250 ਬੰਦਾ ਹੋ ਜਾਣਾ, ਫਿਰ ਗਾਹ ਸੀਜ਼ਨ 'ਚ, ਸੀਜ਼ਨ ਤਾਂ ਕੋਈ ਅੰਤ ਹੀ ਨਹੀਂ, 1000-2000 ਬੰਦਾ 2500 ਬੰਦਾ ਵੀ ਮਤਲਬ ਲੈ ਕੇ ਆਉਂਦੇ ਹਾਂ ਅਸੀਂ, ਮਤਲਬ ਆਮ ਜੇ ਐਵਰੇਜ ਦੇ ਤੌਰ 'ਤੇ ਰੱਖੀਏ ਅਸੀਂ 250 ਬੰਦੇ ਦੀ ਐਵਰੇਜ ਸਾਲ ਦੀ, 260-265 ਬੰਦਿਆਂ ਦਾ ਐਵਰੇਜ ਪੈ ਜਾਂਦਾ। ਤੇ ਮੈਂ ਹੁਣ ਦੇਖ ਰਿਹਾ ਐਡੇ ਡੀਜ਼ਲ ਟੈਂਕੇ ਕਿੰਨੇ ਮਿਲਦਾ, 1000 ਲੀਟਰ ਦਾ ਇੱਕ, 10,000 ਗੈਲਨ ਦਾ ਜੀ, 10,000 ਗੈਲਨ ਤੋਂ ਦੁਕਾਨ 5 ਤੇ ਗੁਣਾ ਕਰੀਏ 4 ਤੇ ਜੀ, 4 ਤੇ ਜੀ 40,000 ਲੀਟਰ, 40,000 ਲੀਟਰ ਦਾ ਇੱਕ ਆ ਤੇ 6-7 ਪਏ ਆ ਤੇ। ਹਾਂਜੀ ਜਿਵੇਂ ਦੇਖ ਲਓ ਵੀ ਇਹ ਟਰੈਕਟਰ ਡੀਜ਼ਲ ਹੈ, ਇਹ ਵੀ ਟਰੈਕਟਰ ਡੀਜ਼ਲ ਹੈ, ਇਹ ਟਰੈਕਟਰ ਡੀਜ਼ਲ ਹੈ, ਉਹ ਪਰਲਾ ਹੈਗਾ ਗਾ ਟਰੱਕਾਂ ਦਾ ਕਲੀਅਰ ਡੀਜ਼ਲ ਹੈ, ਉਹ ਡਿਫਰੈਂਟ ਹੈ, ਉਦੋਂ ਆ ਗਾ ਆਪਾਂ ਇੰਡੀਆ 'ਚ ਪੈਟਰੋਲ ਕਹਿ ਦਿੰਦੇ ਹਾਂ, ਇੱਥੇ ਗੈਸ ਕਹਿੰਦੇ ਆ, 2 ਟੈਂਕ ਗੈਸ ਦੇ ਆ। ਅੱਛਾ ਅੱਛਾ, ਫਿਰ ਤੁਹਾਨੂੰ ਆ ਪਿੱਕੇ ਲਿਆ ਕੇ ਤੇ ਬਸ ਇੱਥੋਂ ਭਰਨੇ ਹੁੰਦੇ ਆ? ਹਾਂਜੀ ਇੱਥੇ ਨਹੀਂ, ਇਹੋ ਜਿਹਾ ਸਿਸਟਮ ਸਾਡੇ ਹੋਰ ਵੀ ਬਣਿਆ ਹੋਇਆ, ਪਰ ਮੇਨ ਸ਼ਾਪ ਜਿਵੇਂ ਜ਼ਿਆਦਾ ਪਿਕਅਪ ਦਾ ਇੱਥੇ ਆ, ਟਰੈਕਟਰਾਂ ਦਾ ਜਿਵੇਂ ਦੱਸਿਆ ਨਾਨਾ ਜੀ ਹੋਰਾਂ ਨੇ, ਲਾਈਕ ਸਾਡੇ 8-9 ਸ਼ਾਪਾਂ ਸਾਰੇ ਥਾਂ ਹੈਗੇ ਆ, ਐਡੇ ਐਡੇ ਟੈਂਕ ਵੱਡੇ। ਟਰੈਕਟਰਾਂ ਦੀ ਜੇ ਗੱਲ ਕਰੀਏ ਕਿੰਨੇ ਕੁ ਟਰੈਕਟਰ ਹੈ? ਟਰੈਕਟਰ ਦੀ ਸਾਡੀ ਹੁਣ 272 ਨੰਬਰ ਚੱਲ ਰਿਹਾ ਜੀ, 272 ਨੰਬਰ, ਉਹ ਨੰਬਰਿੰਗ ਦੇ ਦਿੰਦੇ ਆ ਟਰੈਕਟਰ, ਨੰਬਰ ਦੀ ਦੇ ਦਿੰਦੇ ਆ, ਵਿੱਚੋਂ ਥੋੜੇ ਘਾਣੇ ਕੱਢ ਵੀ ਦਿੱਤੇ ਆ ਅਸੀਂ, ਕੁਛ ਮਤਲਬ ਜਿਹੜਾ ਕੋਈ ਟਰੈਕਟਰ ਖਰਾਬ ਹੁੰਦਾ ਉਹ ਕੱਢ ਦਿੰਦੇ ਆ ਜੀ ਜੀ, ਤੋ ਮੈਨੂੰ ਲੱਗਦਾ 15 ਕੁ ਟਰੈਕਟਰ ਸ਼ਾਇਦ ਉਹ ਚੋਂ ਕੱਢੇ ਹੋਏ ਆ, ਯਾਨੀ ਕਿ 200 ਤੋਂ ਉੱਪਰ ਟਰੈਕਟਰ ਹੈਗਾ। ਹਾਂ 260 ਟਰੈਕਟਰ ਹੈਗੇ ਆ, ਤੇ ਇਹਨਾਂ ਲਈ ਫਿਰ
ਤੁਸੀਂ ਜਿਹੜੇ ਡਰਾਈਵਰ ਆ ਜਾਂ ਪਰਮਾਨੈਂਟ ਹੀ ਹੁੰਦੇ ਆ ਜਾਂ ਫਿਰ ਸਵੈਪ ਸੂਪ ਕਰਦੇ ਰਹਿੰਦੇ ਹੋ ਜਾਂ ਵੀ ਇੱਕ ਡਾਇਰੈਕਟਰਾਂ ਤੋਂ ਕਰਾਉਣੇ ਆ? ਮੋਸਟਲੀ ਇਹ ਜਿਵੇਂ ਹੁਣ ਸਾਡਾ ਕੰਮ ਚੱਲ ਰਿਹਾ ਹੈਗਾ, ਹੁਣ ਅਸੀਂ ਆਮ ਆਪਣੇ ਬੰਦੇ ਹੀ ਆ ਜਿਹੜੇ ਸਾਡੀ ਕੰਪਨੀ ਦੇ ਬੰਦੇ ਹਰ ਕਰਦੇ ਜੀ ਜੀ। ਜਦੋਂ ਸਾਨੂੰ ਜਿਵੇਂ ਲੋੜ ਹੁੰਦੀ ਹੈ, ਜਿਵੇਂ ਸੀਜ਼ਨ 'ਚ ਲੋੜ ਹੋ ਗਈ ਜਾਂ ਆਪਣੇ ਬੰਦੇ ਫੁੱਲ ਹੋ ਗਏ, ਹੁਣ ਜ਼ਿਆਦਾ ਕਈ ਵਾਰ ਖਿੱਚ ਹੁੰਦੀ ਹੈ ਕੰਮ ਦੀ, ਉਦੋਂ ਫਿਰ ਠੇਕੇਦਾਰ ਦੇ ਬੰਦੇ ਵੀ ਠੇਕੇਦਾਰ ਦੇ ਤੇ ਟੋਟਲ ਸਪਰੇ ਪਲਾਂਟ ਵੀ ਮੈਂ ਦੇਖ ਰਿਹਾ ਵੀ ਲੈਣਾ 'ਚ ਹੀ ਖੜੇ ਆ। ਹਾਂਜੀ, ਮੈਂ ਤਾਂ ਇੱਕ ਲਿਆ ਸੀ, ਹੁਣ ਵੀ ਉਹ ਨਹੀਂ ਮੇਰੇ ਤੋਂ ਸੂਤ ਆਉਂਦਾ, ਹਜ਼ਾਰਾਂ 'ਚ ਖੜੇ ਆ ਨਿਊਜ਼ ਇੱਕ ਦੀਆਂ ਨਿਊਜ਼ਲਾਂ ਬੰਦ ਰਹਿੰਦੀਆਂ ਤੇ ਉਹ ਖੋਲਣੀਆਂ ਔਖੀਆਂ ਹੋ ਜਾਂਦੀਆਂ। ਹਾਂਜੀ, ਇਹ ਫਿਰ ਸਪਰੇ ਹੁਣ ਜੋ ਸੀਜ਼ਨ ਆਉਂਦਾ ਸੰਤਰਿਆਂ ਇਹਨਾਂ ਤੇ ਬਦਾਮਾਂ ਤੇ ਵੀ ਤੇ ਅੰਗੂਰਾਂ ਤੇ ਵੀ ਇਹਨਾਂ ਨਾਲ ਹੀ ਕਰ ਦਿੰਦੇ? ਹਾਂਜੀ, ਸਾਡੇ ਤਿੰਨ ਤਰ੍ਹਾਂ ਦੇ ਸਪਰੇਅਰ ਆ ਇੱਥੇ ਹੁਣ। ਅੱਛਾ, ਸਾਡੇ ਕੋਲ ਜਿਵੇਂ ਬਦਾਮਾਂ ਦਾ ਇਲੈਕਟ੍ਰਿਕ ਬਲਾਸਟ ਹੈਗਾ, ਸਾਡੇ ਕੋਲ 24 ਮਸ਼ੀਨਾਂ ਹੈ 1000 ਗੈਲਨ ਦੀ ਇੱਕ। ਅੱਛਾ ਜੀ, ਤੇ ਜਿਵੇਂ ਹੁਣ ਆ ਨਵਾਂ ਲੇਟੈਸਟ ਆਇਆ ਸਪੇਨ ਦੀ ਚੀਜ਼ ਹੈਗੀ ਇਹ, ਇਹਦੇ ਨਾਲ ਦੀਆਂ ਹੁਣ ਅਸੀਂ 6 ਆਰਡਰ ਕੀਤੀਆਂ ਹੋਈਆਂ, 4 ਆ ਗਈਆਂ, ਇੱਕ ਪਹਿਲਾਂ ਸੀ, 5 ਇੱਕ ਆਉਣੀਆਂ। 6 ਆਰਡਰ, ਇਹ 800 ਗੈਲਨ ਦੀ ਹੈਗੀ ਹੈ, ਇਹ ਗ੍ਰਿਪਾਂ ਵਾਸਤੇ ਹੈਗੀ। ਤੇ ਉਦੋਂ ਪਹਿਲਾਂ ਸਾਡੇ ਕੋਲ ਐਰੋਫੈਨ ਦੀਆਂ ਸਪਰੇ ਹੈਗੀਆਂ ਆਈਆਂ, ਉਹ ਸਾਡੇ ਕੋਲ 17 ਮਸ਼ੀਨਾਂ ਆ। ਓਕੇ ਓਕੇ, ਜਿਹੜਾ ਪਹਿਲਾ ਸਟਾਈਲ ਚੱਲਦਾ ਸੀ ਏਅਰ ਨਾਲ, ਏਅਰ ਕੰਪਰੈਸਰ ਹੁੰਦੀ ਆ ਜਿਹੜੀ, ਬਾਈ ਐਰੋਫੈਨ, ਉਹਦੇ ਫੈਨ ਲੱਗਿਆ ਹੋਇਆ 36 ਇੰਚ ਦਾ, ਉਹਦੇ ਨਾਲ ਕਰਦੇ ਆ ਅਸੀਂ। ਤੇ ਜਿਹੜਾ ਬਦਾਮਾਂ ਦਾ ਹੈਗਾ 1000 ਗੈਲਨ ਵਾਲੀ ਹੈਗੀ, ਉਹਦਾ ਵੱਡਾ ਪੱਖਾ ਲੱਗਿਆ ਹੋਇਆਗਾ, 3800 RPM ਆਉਂਦੀ ਹੈਗੀ। ਓਕੇ ਓਕੇ, ਉਹ ਤਾਂ ਫਿਰ ਬਲਾਸਟ ਕਰਦਾ, ਬਲਾਸਟ ਕਰਦਾ। ਬਦਾਮਾਂ ਦਾ ਬੂਟਾ ਦੇਖੋ ਕਿੰਨਾ ਉੱਚਾ ਹੁੰਦਾ, ਫਿਰ ਉਹਦੇ ਤਾਹਾਂ ਤੱਕ ਪਹੁੰਚਾਉਣੀ, ਉਹ ਵੱਡੇ ਪੱਖੇ ਨਹੀਂ ਬਣਾਉਣੀ ਆ। ਤੇ ਜੇ ਹੁਣ ਆਪਾਂ ਮਾਰਕੀਟਿੰਗ ਦੀ ਗੱਲ ਕਰੀਏ, ਕੋਈ ਤੁਹਾਡੇ ਜਿਵੇਂ ਵਾਟ ਫਾਰਮ ਦੇ ਸਾਰਿਆਂ ਦੇ ਕੰਟਰੈਕਟ ਅੱਡੋ ਅੱਡ ਫਸਲਾਂ ਦੇ ਕਿਵੇਂ? ਇਹ ਮੋਸਟਲੀ ਤਾਂ ਅਸੀਂ ਇੱਕ ਥਾਂ ਹੀ ਭੇਜਦੇ ਹਾਂ ਜਿੱਥੇ ਸਾਡਾ ਬਣਿਆ ਹੋਇਆਗਾ। ਕਈ ਵਾਰੀ ਮਤਲਬ ਸਿਸਟਮ ਆ ਜਾਂਦਾ, ਕਿਉਂਕਿ ਪ੍ਰਾਈਸ ਦਾ ਆ ਜਾਂਦਾ ਜਾਂ ਕੋਈ ਹੋਰ, ਕਈ ਵਾਰੀ ਬੰਦਾ ਉਹ ਕਹਿੰਦਾ ਵੀ ਸਾਨੂੰ ਲੋੜ ਨਹੀਂ ਹੈਗੀ, ਫਿਰ ਡਿਫਰੈਂਟ ਆ ਵੀ ਜਾਂਦਾ। ਇੰਪੋਰਟ ਐਕਸਪੋਰਟ ਕੋਈ ਕਰਦੇ ਇੱਥੇ ਲੋਕਲੀ ਅਸੀਂ? ਤੇ ਜਿਹੜਾ ਤੁਸੀਂ ਇਨਪੁਟਸ ਆਉਂਦੀਆਂ, ਜਿਵੇਂ ਹੁਣ ਮੈਂ ਦੇਖਿਆ ਵੀ ਸਾਡੇ ਤਾਂ ਥੋੜੇ ਜ਼ਿਮੀਦਾਰ ਰਲ ਕੇ ਉਹਨਾਂ ਨੇ ਕੋਆਪਰੇਟਿਵ ਸੁਸਾਇਟੀਆਂ ਬਣਾ ਲੈਂਦੇ ਆ, ਤੇ ਇਨਪੁਟ ਖਾਦਾਂ ਖੁਦਾਂ ਇਕੱਠੀਆਂ ਚਾਈਨਾ ਤੋਂ ਜਾਂ ਹੋਰ ਆਉਂਦੀਆਂ, ਇੱਦਾਂ ਦੀ ਵੀ ਕੋਈ ਕਰਦੇ ਜਾਂ ਨੋਰਮਲੀ ਡੀਲਿੰਗ? ਨਹੀਂ, ਨੋਰਮਲ ਡੀਲਿੰਗ ਹੈ ਜੀ। ਹਾਂ, ਮੈਨੂੰ ਲੱਗਦਾ ਬੰਦਿਆਂ ਨਾਲ ਹੀ ਕੰਟੈਕਟ ਕੀਤੇ, ਕੰਪਨੀਆਂ ਨਾਲ ਹੈਗੇ ਸਾਡੇ, ਸਿੱਧਾ ਕੰਪਨੀ ਚੋਂ ਡਾਇਰੈਕਟ ਆ ਜਾਂਦੇ ਆ, ਉੱਥੋਂ ਆ ਜਾਂਦੇ। ਹਾਂਜੀ, ਸੋ ਚਲੋ ਆਪਾਂ ਥੋੜਾ ਜਿਹਾ ਤੁਰ ਕੇ ਨਾ ਸਪਰੇ ਪਲਾਂਟ ਵੀ ਨੇੜੇ ਤੋਂ ਦਿਖਾ ਦਿੰਦੇ ਆ, ਤੇ ਹੋਰ ਵੀ ਜਿਹੜੀ ਇੱਥੇ ਮਸ਼ੀਨਰੀ ਖੜੀ ਆ ਉਹਦੇ ਵੀ ਨਿਗਾ ਮਾਰਦੇ ਆ। ਪਰ ਉਦੋਂ ਪਹਿਲਾਂ ਪਾਣੀ ਦੇ ਬਾਰੇ ਵਿੱਚ ਗੱਲ ਕਰਨੀ ਆਪਾਂ ਥੋੜੀ ਜੀ ਸਰਦਾਰ ਗੁਰਬਚਨ ਸਿੰਘ ਹੋਣਾ ਨਾਲ, ਕਿਉਂਕਿ ਉਹ ਪਾਣੀ ਦਾ ਵੀ ਦੇਖਭਾਲ ਕਰਦੇ ਤੇ ਕਿਵੇਂ ਕਿਵੇਂ ਚੱਲਦਾ ਆਪਾਂ ਉਹ ਦੇਖ ਲਈਏ। ਸੋ ਖੇਤੀ ਦੇ ਵਿੱਚ ਪਾਣੀ ਬਹੁਤ ਵੱਡੀ ਭੂਮਿਕਾ ਨਿਭਾਉਂਦਾ। ਪਾਣੀ ਆ ਤਾਂ ਕਹਿੰਦੇ ਨਾ ਜਲ ਜਲ ਨਾਲ ਹੀ ਜੀਵਨ ਆ, ਤੇ ਪਾਣੀ ਨਾਲ ਹੀ ਖੇਤੀ ਆ। ਸੋ ਇਹ ਪਾਣੀ ਦਾ ਜਿਹੜਾ ਮੈਨੇਜਮੈਂਟ ਆ ਉਹਦੇ ਬਾਰੇ ਸਾਡੇ ਲੋਕਾਂ ਦੇ ਬੜੇ ਸਵਾਲ ਆਉਂਦੇ ਆ, ਕਿਉਂਕਿ ਇੰਡੀਆ ਦੇ ਵਿੱਚ ਅਸੀਂ ਖੁੱਲ੍ਹਾ ਨੱਕੇ ਦਾ ਪਾਣੀ, ਜਿਹਨੂੰ ਅਸੀਂ ਫਲੱਡ ਵਾਟਰ ਕਹਿ ਦਿੰਦੇ ਹਾਂ, ਨੱਕੇ ਦਾ ਪਾਣੀ ਅਕਸਰ ਲਾਉਂਦੇ ਹਾਂ। ਪਰ ਇੱਥੇ ਆ ਕੇ ਜਦੋਂ ਵਿਦੇਸ਼ਾਂ 'ਚ ਆ ਗਏ ਹਾਂ ਤਾਂ ਪਤਾ ਲੱਗਿਆ ਵੀ ਪਾਣੀ ਨੂੰ ਕੰਟਰੋਲ ਕਰਦੇ ਕਰਦੇ ਹੁਣ ਡ੍ਰਿਪ ਦੇ ਉੱਤੇ ਆ ਗਏ ਹਾਂ। ਸੋ ਐਡੇ ਵੱਡੇ ਬਲੌਕ ਨੂੰ ਕਈਆਂ ਨਾਲ ਪਾਣੀ ਲਾਉਣਾ ਤਾਂ ਖਾਲਾ ਜੀ ਦਾ ਬਾੜਾ ਨਹੀਂ ਸੀ, ਪਰ ਹੁਣ ਬਜ਼ੁਰਗ ਸਾਰਾ ਪਾਣੀ ਬਾਰੇ ਆਪਾਂ ਨੂੰ ਡਿਟੇਲ ਦੇਣਗੇ। ਸਰਦਾਰ ਗੁਰਬਚਨ ਸਿੰਘ, ਜਿਹੜੇ ਕਿ ਕਿੰਨੇ ਕੁ ਚਿਰ ਤੋਂ ਤੁਸੀਂ ਸਾਰਾ ਇਹ ਸਾਂਭ ਰਹੇ ਹੋ? ਮੈਂ ਜੀ 1995 ਤੋਂ ਇੱਥੇ ਆਇਆ ਹਾਂ ਜੀ। ਸੋ 27 ਸਾਲ ਹੋ ਗਏ? 27 ਸਾਲ ਹੋ ਗਏ, ਮੈਂ ਇੱਥੇ ਹੀ ਬਾੜ ਸਾਹਿਬ ਦੇ ਫਾਰਮ ਦੇ ਵਿੱਚ ਹੀ ਕੰਮ ਕਰਦਾ। ਅਤੇ 27 ਸਾਲਾਂ ਦੇ ਤੁਹਾਡੀਆਂ ਡਿਊਟੀਆਂ ਬਦਲਦੀਆਂ ਰਹੀਆਂ ਜਾਂ? ਪਹਿਲਾਂ ਮੇਰੀ ਡਿਊਟੀ ਹੋਰ ਹੁੰਦੀ ਸੀ, ਹੋਰ ਕੰਮਾਂ ਦੇ ਉੱਤੇ ਲੇਬਰ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਜੀ ਜੀ, ਤੇ ਮਸ਼ੀਨਾਂ ਦੇ ਵੀ ਪੱਤੇ ਪੁੱਤੇ ਵੀ ਜੋਏ ਨੇ, ਸਾਰਾ ਕੰਮ ਕਰਿਆ, ਤਾਰਾਂ ਤੂਰਾਂ ਵੀ ਪਾਉਂਦੇ ਰਹੇ, ਉਹ ਤਾਂ ਜੂਸਟ ਕੰਮ ਨੇ ਤਾਂ ਕੰਮ ਹੀ ਆ, ਤੇ ਬੂਟਿਆਂ ਛੱਕ ਛੁੱਕ ਵੀ ਭੰਨੇ ਨੇ ਜੀ ਜੀ। ਤੇ ਫਿਰ 2 ਸਾਲ ਤੋਂ ਬਾਅਦ ਫਿਰ ਮੈਨੂੰ ਪਾਣੀ ਦਾ ਕੰਮ ਮਿਲ ਗਿਆ ਸੀ। ਅੱਛਾ ਜੀ, ਪਾਣੀ ਦਾ ਕੰਮ ਕਰਿਆ ਸੀ ਜਦ ਤੋਂ ਮੈਂ ਪਾਣੀ ਤੇ ਹਾਂ ਜੀ। ਪਾਣੀ ਦਾ ਕੰਮ ਜੋ ਕਹੀਏ ਤਾਂ ਕੀ ਮੈਨੇਜ ਕਰਦੇ ਤੁਸੀਂ ਪਾਣੀ ਦੇ ਕੰਮ? ਹੁਣ ਮੈਨੂੰ ਤਾਂ ਚਲੋ ਪਤਾ, ਪਰ ਸਾਡੇ ਦਰਸ਼ਕਾਂ ਨੂੰ ਸਾਰੀ ਗੱਲ ਨਹੀਂ ਪਤਾ ਹੁੰਦਾ ਵੀ ਪਾਣੀ ਦਾ ਕੀ ਮੈਨੇਜ ਕਰਦੇ ਤੁਸੀਂ। ਪਾਣੀ ਦਾ ਜੀ ਸਾਡੇ ਕੋਲ ਹੁਣ 10-12 ਬੰਦੇ ਪੱਕੇ ਪਾਣੀ ਤੇ ਨੇ ਜੀ, ਉਹਨਾਂ ਦੇ ਮੋਟਰਾਂ ਤੇ ਡਿਊਟੀਆਂ ਨੇ, ਆਪਦੀਆਂ ਆਪਦੀਆਂ ਮੋਟਰਾਂ ਨੂੰ ਕੁਛ ਸੰਭਾਲੀਆਂ ਹੋਈਆਂ ਨੇ। ਠੀਕ ਹੈ ਜੀ, ਆਪਦਾ ਆਪਦਾ ਕੰਮ ਕਰਦੇ ਨੇ ਉਹ, ਬਸ ਉੱਥੋਂ ਉਹਨਾਂ ਦਾ ਪੰਪ ਤੋਂ ਲੈ ਕੇ ਤੇ ਜਿਹੜੀ ਫਾਰਮ ਦੇ ਵਿੱਚ ਜਿਹੜੀ ਲੀਕੇਜ ਸ਼ੂਕੇਜ ਉਹਨਾਂ ਦੀ ਜ਼ਿੰਮੇਵਾਰੀ, ਉਹਨਾਂ ਦੀ ਜ਼ਿੰਮੇਵਾਰੀ ਆ। ਜੇ ਕੋਈ ਕਿਤੇ ਲੋੜ ਹੋਵੇ ਉਹਨਾਂ ਨੂੰ ਬੰਦਾ ਦੇ ਵੀ ਦੇਈਦਾ, ਜਦ ਕਿਤੇ ਪਾਣੀ ਦਾ ਕੰਮ ਘੱਟ ਹੋ ਗਿਆ ਜਾਂ ਵੱਧ ਹੋ ਗਿਆ, ਰਲ ਮਿਲ ਕੇ ਵੀ ਕਰ ਲੈਂਦੇ ਨੇ। ਤੇ ਇਹ ਸਾਰਾ ਹੈ ਕੰਪਿਊਟਰ ਕੰਟਰੋਲ ਹੀ ਤਕਰੀਬਨ, ਜਾਂ ਜਿਵੇਂ ਹੁਣ ਅਸੀਂ ਆ, ਮੈਂ ਖੁਦ ਇੱਥੋਂ ਫਿਰਦਾ ਆਪਦੇ ਖੇਤ ਨੂੰ ਪਾਣੀ ਲਾਉਂਦਾ ਫਿਰਦਾ ਕੰਪਿਊਟਰ ਨਾਲ, ਇੱਦਾਂ ਹੀ ਸਾਰਾ ਹੈ? ਲੇਟੈਸਟ ਟੈਕਨੀਕ ਵਰਤ ਰਹੇ ਹੋ? ਹਾਂ ਜੀ, ਹੁਣ ਆਟੋਮੈਟਿਕ ਮੋਟਰਾਂ ਲੱਗੀਆਂ ਹੋਈਆਂ ਨੇ, ਸਾਡੇ ਸਾਰੇ ਆਟੋਮੈਟਿਕ ਸਟਾਰਟਰ ਲੱਗੇ ਹੋਏ ਨੇ, ਆਪੇ ਖੜਦੀਆਂ ਨੇ, ਆਪੇ ਚੱਲਦੀਆਂ ਨੇ, ਟਾਈਮ ਬੰਨਿਆ ਹੋਇਆ ਉਹਨਾਂ ਦਾ, ਟਾਈਮ ਤੇ ਚੜ ਜਾਂਦੀਆਂ ਤੇ ਖੜ ਜਾਂਦੀਆਂ। ਪਾਣੀ ਬੜੀ ਵੱਡੀ ਸਮੱਸਿਆ ਸਾਰੀ ਦੁਨੀਆ 'ਚ ਤੇ ਕੈਲੀਫੋਰਨੀਆ 'ਚ ਵੀ ਸੁਣਿਆ, ਤੁਹਾਡੇ ਦੇਖਦੇ ਦੇਖਦੇ ਪਾਣੀ ਦੀ ਕੋਈ ਘਾਟ ਕਿਵੇਂ ਕੀ ਹੋਇਆ ਇੱਥੇ? ਸਾਡੇ ਦੇਖਦੇ ਦੇਖਦੇ ਬਹੁਤ ਘਾਟ ਆਈ ਹੈ ਜੀ ਪਾਣੀ ਦੀ। ਪਹਿਲਾਂ ਜਦੋਂ ਤੁਸੀਂ ਪਾਣੀ ਤੇ ਲੱਗੇ ਹਾਂ, ਬਲਬਾਂ ਦਾ ਪਾਣੀ ਵੀ ਲਾਉਂਦੇ ਰਹੇ ਹਾਂ ਅਸੀਂ, ਜਦ ਪਾਣੀ ਵਾਫਰ ਹੁੰਦਾ ਸੀ। ਹਾਂਜੀ ਹਾਂਜੀ, ਤੇ ਫਿਰ ਸਵੈਂਕਲਾਂ ਦਾ ਪਾਣੀ ਵੀ ਹੁੰਦਾ ਸੀ, ਆਮ
ਡੂੰਘਾ ਕਿੰਨਾ ਕੁ ਚਲਾ ਗਿਆ ਪਾਣੀ? ਡੂੰਘਾ ਤਾਂ ਬਹੁਤ ਚਲਾ ਗਿਆ ਸਰ, ਡੂੰਘਾ ਸਾਡੇ 200 ਮਤਲਬ ਕੁਛ ਖੇਤਾਂ ਚ 259 ਫੁੱਟ ਮਤਲਬ ਹੈਗਾ, ਜਿਵੇਂ ਆਹ ਏਰੀਆ ਚ ਅਸੀਂ ਖੜੇ ਹਾਂ ਇੱਥੇ 220-221 ਫੁੱਟ ਹੈਗਾ ਗਾ ਡੂੰਘਾ ਚਲਾ ਗਿਆ ਪਾਣੀ। ਅੱਗੇ ਜਿੰਨਾ ਤਾਂ ਮੈਂ ਆਇਆ ਆਈ ਥਿੰਕ ਮੈਨੂੰ ਲੱਗਦਾ ਵੀ 40-50 ਫੁੱਟ ਡੂੰਘਾ 12 ਸਾਲਾਂ ਚ ਹੋ ਗਿਆ, ਬਹੁਤ ਫਰਕ ਪੈ ਗਿਆ ਜੀ ਪਾਣੀ ਦਾ। ਹੁਣ ਸਾਰੇ ਤਕਰੀਬਨ ਸਾਡੇ ਡਰਪ ਸਿਸਟਮ ਹੀ ਆ। ਤੇ ਇਹਦਾ ਪਾਣੀ ਦਾ ਵੀ ਮੈਂ ਤਾਂ ਸੁਣਿਆ ਜਿਹੜਾ ਬਦਾਮਾਂ ਦੇ, ਹੁਣ ਜਿਵੇਂ ਅੰਗੂਰਾਂ ਦਾ ਸਾਨੂੰ 2 ਮੈਗਾ ਲੀਟਰ ਨਾਲ ਸਰ ਜਾਂਦਾ ਏਕੜ ਦਾ, ਪਰ ਬਦਾਮਾਂ ਦਾ ਉੱਥੇ ਵੀ ਅਸੀਂ 5-6 ਲਾਉਣੇ ਆ, 5 ਇੱਥੇ ਤਾਂ ਕਹਿੰਦੇ ਵੀ ਪਾਣੀ ਬਹੁਤ ਜ਼ਿਆਦਾ ਬਦਾਮਾਂ ਨੂੰ ਝੋਨੇ ਵਾਂਗੂ ਲੱਗਦਾ, ਪਾਣੀ ਜ਼ਿਆਦਾ ਲਾਉਣੇ ਬਦਾਮਾਂ ਨੂੰ, ਤਕਰੀਬਨ ਸਾਰੀਆਂ ਫਸਲਾਂ ਨੂੰ ਜ਼ਿਆਦਾ ਪਾਣੀ ਲਾਉਣੇ ਆ। ਸੋਗੀ ਨੂੰ ਵੀ ਘੱਟ ਲੱਗਦਾ, ਗਰੇਪਾਂ ਨੂੰ ਵੀ ਘੱਟ ਲੱਗਦਾ, ਬਦਾਮਾਂ ਨੂੰ ਵੱਧ ਰੱਖਦੇ ਆ ਪਾਣੀ। ਸੋ ਬੜਾ ਪਾਣੀ ਦਾ ਤਾਂ ਕਿੱਲਤ ਦਾ ਕਾਰਨ ਆ ਰਿਹਾ ਆਉਣ ਵਾਲੇ ਦਿਨਾਂ ਚ ਕੈਲੀਫੋਰਨੀਆ, ਮੋਟਰਾਂ ਵੱਡੀਆਂ ਨੇ ਸਾਡੀਆਂ ਬਹੁਤ, ਵਿੱਚ ਤਾਂ 10-10 ਬਲਾਕ ਵੀ ਚੱਕਦੀ ਹੈ ਇੱਕ ਇੱਕ ਮੋਟਰ ਡਰਪ ਸਿਸਟਮ। ਇਹ ਗਰਾਊਂਡ ਵਾਟਰ ਹੀ ਆ ਸਾਰਾ ਤੁਹਾਡੇ ਕੋਲ? ਤੁਹਾਡੇ ਕੋਲ ਇੱਥੇ ਰਿਵਰ ਨਹਿਰ ਕੁਛ ਨਹੀਂ ਹੈ? ਨਹੀਂ ਹੈਗਾ, ਨਹਿਰਾਂ ਵੀ ਹੈਗੀਆਂ ਜੀ, ਤਕਰੀਬਨ ਘੱਟੇ ਹੀ ਆਉਂਦਾ ਨਹਿਰਾਂ ਦਾ ਪਾਣੀ। ਹੁਣ ਬਾਰਿਸ਼ ਬੁਰਸ਼ ਘੱਟ ਪਈ ਆ, ਨਹਿਰਾਂ ਆਈਆਂ ਹੀ ਨਹੀਂ, ਹਾਂ ਕਈ ਸਾਲ ਹੋ ਗਏ ਨਹਿਰਾਂ ਦਾ ਘੱਟ ਹੀ ਆ, ਹੈਗਾ ਜ਼ਰੂਰ ਪਾਣੀ ਲੈਂਦੇ ਹਾਂ ਅਸੀਂ ਨਹਿਰਾਂ ਦਾ, ਜਦੋਂ ਆ ਜਾਂਦਾ ਤਾਂ ਲਾਉਂਦੇ ਹਾਂ। ਪਰ ਦੇਖੋ ਵੈਦਰ ਬਹੁਤ ਮਿਹਨਤ ਰੱਖਦਾ ਫਸਲਬਾੜੀ ਖੇਤੀਬਾੜੀ ਲਈ, ਜੋ ਗੱਲ ਕਰਦੇ ਹਾਂ ਤਾਂ ਵੈਦਰ ਦੀ ਜਿਹੜੀ ਪੋਜੀਸ਼ਨ ਇਹ ਹੁੰਦੀ ਆ ਵੀ ਜਿੱਥੇ ਮੀਂਹ ਜ਼ਿਆਦਾ ਪੈਂਦੇ ਆ ਉੱਥੇ ਫਿਰ ਉਹਨੂੰ ਜਿਹੜੇ ਦਰਖਤ ਆ ਉਹ ਉਵੇਂ ਉਹ ਚੀਜ਼ਾਂ ਨਹੀਂ ਝੱਲਦੇ, ਅੰਗੂਰ ਆ ਉਹ ਡਰਾਈ ਵੈਦਰ ਭਾਲਦੇ ਆ, ਬਦਾਮ ਉਹ ਆਪਣਾ ਇੱਕ ਟਿਪੀਕਲ ਵੈਦਰ ਭਾਲਦੇ ਆ, ਅਤੇ ਉਹਦੇ ਲਈ ਫਿਰ ਪਾਣੀ ਥੱਲੋਂ ਦੇ ਕੇ ਫਿਰ ਉਹ ਪੈਦਾ ਕੀਤਾ ਜਾ ਸਕਦਾ। ਸੋ ਕੈਲੀਫੋਰਨੀਆ ਦੀ ਧਰਤੀ ਦੇ ਵਿੱਚ ਜੇ ਫਸਲਾਂ ਬਹੁਤ ਵਧੀਆ ਹੁੰਦੀਆਂ, ਆਪਾਂ ਕਹਿੰਦੇ ਹਾਂ ਵੀ ਪੰਜਾਬ ਵਾਂਗੂ ਬਹੁਤ ਉਪਜਾਊ ਧਰਤੀ ਆ, ਤਾਂ ਫਿਰ ਉਹ ਸਮੱਸਿਆ ਉਹ ਵੀ ਆ ਵੀ ਜਿਹੜੇ ਬੋਰ ਆ ਉਹ ਦਿਨੋ ਦਿਨ ਡੂੰਘੇ ਹੁੰਦੇ ਜਾ ਰਹੇ ਆ, ਜਿਵੇਂ ਬਾਈ ਜਸ ਹੋਰਾਂ ਨੇ ਦੱਸਿਆ ਵੀ 50 ਫੁੱਟ ਤਾਂ ਇਹਨਾਂ ਦੇ ਦੇਖਦੇ ਦੇਖਦੇ ਪਾਣੀ ਪਿਛਲੇ 10 ਸਾਲਾਂ 'ਚ ਥੱਲੇ ਜਾ ਚੁੱਕਿਆ। ਸੋ ਬਦਾਮ ਅਵਾਸੌਰ ਲੱਗੇ ਹੋਏ ਆ, ਪਹਿਲਾਂ ਇਸ ਏਰੀਏ ਨੂੰ ਸੌਗੀ ਦਾ ਏਰੀਆ ਦੱਸ ਰਹੇ ਸੀ ਬਰਾੜ ਸਾਹਿਬ ਹੁੰਦਾ ਸੀ, ਪਰ ਹੌਲੀ ਹੌਲੀ ਲੋਕਾਂ ਨੇ ਕਨਵਰਟ ਕਰਕੇ ਇਹਨੂੰ ਬਦਾਮਾਂ 'ਚ ਲਿਆਂਦਾ, ਹੁਣ ਪਿਸਤਿਆਂ 'ਚ ਵੀ ਲਿਆ ਰਿਹਾ ਮੈਂ ਪਿਸਤੇ, ਤੁਸੀਂ ਵੀ ਲਾਇਆ ਪਿਸਤਾ? ਹਾਂਜੀ ਹੌਲੀ ਹੌਲੀ ਆ ਰਿਹਾ, ਪਰ ਪਾਣੀ ਇੱਕ ਸਮੱਸਿਆ ਰਹਿਣੀ ਆ। ਦੂਜੇ ਪਾਸੇ ਜਿਹੜਾ ਅਕਾਲ ਪੁਰਖ ਤੋਂ ਉੱਤੇ ਕੋਈ ਮੈਨੇਜਰ ਨਹੀਂ ਹੈ ਜੋ ਮੈਨੇਜ ਕਰਨ ਦੀ, ਉਹਨਾਂ ਨੇ ਜੇ ਜੇ ਆਇਆ ਸੂਤ ਉਹਨਾਂ ਦਾ ਇੱਕ ਦਿਨ 'ਚ ਹੀ ਇੱਥੇ ਜਲ ਥਲ ਕਰ ਦੇਣਾ, ਇੱਕ ਦਿਨ ਹੀ ਵਾਧੂ ਆ। ਸੋ ਇਸ ਕਰਕੇ ਚਲੋ ਵਿਸ਼ਵਾਸ ਤੇ ਦੁਨੀਆ ਕਾਇਮ ਆ, ਤੇ ਆਓ ਆਪਾਂ ਦੇਖਦੇ ਹਾਂ ਫਾਰਮ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਵੀ ਜਿਹੜੀ ਮਸ਼ੀਨਰੀ ਖੜੀ ਆ ਉਹਨੂੰ ਦੇਖਦੇ ਹਾਂ।